ਅੱਜ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਬਠਿੰਡਾ ਦੇ ਵਿੱਚ ਪੂਰੀ ਤਰ੍ਹਾਂ ਬੱਸ ਸਟੈਂਡ ਤੋਂ ਲੈ ਕੇ ਬਾਜ਼ਾਰ ਤੱਕ ਬੰਦ ਨਜ਼ਰ ਆ ਰਹੇ ਨੇ। ਇਸ ਵੇਲੇ ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਜਿਹੜਾ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਬੱਸ ਸਟੈਂਡ ਬਿਲਕੁਲ ਸੁੰਨਾ ਨਜ਼ਰ ਆ ਰਿਹਾ। ਲੋਕ ਨੇ ਜਿਹੜੇ ਉਹ ਕਿਤੇ ਨਾ ਕਿਤੇ ਖੱਜਲ ਖੁਆਰ ਹੁੰਦੇ ਜ਼ਰੂਰ ਨਜ਼ਰ ਆ ਰਹੇ ਨੇ। ਹਾਲਾਂਕਿ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਪਹਿਲੇ ਸੰਦੇਸ਼ ਦੇ ਦਿੱਤਾ ਗਿਆ ਸੀ ਕਿ ਭਾਰਤ ਬੰਦ ਦੀ ਕਾਲ ਹੈ, ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਸੜਕਾਂ ਦੇ ਉੱਪਰ। ਲੋਕ ਨੇ ਐਗੀਟੇਸ਼ਨ ਕਰ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਲੋਕ ਨੇ, ਤਾਂ ਕਰਕੇ ਬੱਸ ਸਟੈਂਡ ਹੈ ਬੰਦ ਦਾ ਯਾਤਾਯਾਤ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਕੁਝ ਲੋਕ ਨੇ ਜਿਹੜੇ ਉਹ ਕਿਤੇ ਨਾ ਕਿਤੇ ਜ਼ਰੂਰ ਫਸੇ ਹੋਏ ਨਜ਼ਰ ਆ ਰਹੇ ਨੇ। ਆਪਾਂ ਗੱਲਬਾਤ ਵੀ ਕੁਝ ਲੋਕਾਂ ਦੇ ਨਾਲ ਕਰਦੇ ਹਾਂ। ਆਪਣੇ ਕਹਾਂ ਸੇ ਜਾਣਾ ਹੈ, ਕਿਤਨਾ ਬੰਦ ਕਾ ਅਸਰ ਨਜ਼ਰ ਆ ਰਿਹਾ ਹੈ, ਬੰਦ ਕਾ ਕਿਤਨਾ ਅਸਰ ਹੈ? ਬਹੁਤ ਹੀ ਜ਼ਿਆਦਾ ਲੱਗ ਰਿਹਾ ਹੈ। ਸ਼ਾਇਦ ਕੋਈ ਮਿਲ ਜਾਏ ਵਾਹਨ, ਮੈਨੂੰ ਯਹਾਂ ਜਿੱਤਾ ਕੰਪਨੀ ਜਾਣਾ ਹੈ। ਦੇਖ ਰਹੇ ਹੈ ਕੋਈ। ਕਬ ਸੇ ਇੰਤਜ਼ਾਰ ਕਰ ਰਹੇ ਹੋ, ਕਬ ਸੇ ਬੈਠੇ ਹੋ ਯਹਾਂ ਪੇ? ਅਭੀ 5-10 ਮਿੰਟ ਹੁਆ ਹੈ। ਭਾਈ ਤੁਸੀਂ ਬੱਸ ਸਟੈਂਡ ਦੇ ਵਿੱਚ ਰਹਿੰਦੇ ਹੋ, ਤੁਹਾਡੀ ਦੁਕਾਨ ਹੈ ਇੱਥੇ, ਅਸਰ ਕਿੰਨਾ ਨਜ਼ਰ ਆ ਰਿਹਾ ਬੱਸ ਸਟੈਂਡ ਦੇ ਵਿੱਚ? ਬੱਸ ਸਟੈਂਡ ਬਿਲਕੁਲ ਬੰਦ ਨਜ਼ਰ ਆ ਰਿਹਾ, ਕੋਈ ਬੱਸ ਹੀ ਨਹੀਂ ਬਿਲਕੁਲ ਜਾ ਰਹੀ। ਸੁਬਹ 3 ਵਜੇ ਨਹੀਂ ਹੈਗੀ ਭਾਅ ਜੀ? ਠੀਕ ਹੈ, ਬਾਕੀ ਅਸਰ ਤਾਂ ਤੁਸੀਂ ਦੇਖ ਰਹੇ ਹੋ, ਸ਼ੋਪਾਂ ਬੰਦ ਕਰਕੇ ਹੀ ਜਾ ਰਹੇ ਸਾਰੇ ਜਣੇ। ਕੀ ਲੱਗਦਾ ਕਿਸਾਨਾਂ ਨੂੰ ਸਮਰਥਨ ਉਹ ਜਿਹਾ ਮਿਲ ਰਿਹਾ ਜਿਵੇਂ ਪਹਿਲਾਂ ਸਮਰਥਨ ਮਿਲਦਾ ਸੀਗਾ? ਅੱਜ ਭਾਰਤ ਬੰਦ ਦੀ ਕਾਲ ਹੈ ਕਿਸਾਨਾਂ ਦੇ ਹੱਕ ਦੇ ਵਿੱਚ। ਸਰ ਮਿਲ ਹੀ ਰਿਹਾ ਤਕਰੀਬਨ, ਬੱਸਾਂ ਵਾਲਿਆਂ ਨੇ ਕੱਲ੍ਹ ਹੀ ਕਹਿਤਾ ਸੀਗਾ ਬਈ ਬੰਦਾ PRTC ਨੇ 12 ਵਜੇ ਨੂੰ, ਦੀਪ ਵਾਲਿਆਂ ਨੇ 3 ਵਜੇ ਨੂੰ, ਤਕਰੀਬਨ ਸਾਰੀ ਬੱਸਾਂ ਬੰਦ ਹੀ ਹੈ ਜੀ। ਬਿਲਕੁਲ ਹੈ, ਜ਼ਾਹਿਰ ਤੌਰ 'ਤੇ ਕਹਿ ਰਿਹਾ ਕਿ ਕਾਲ ਹੈ। ਇੱਕ ਦਿਨ ਪਹਿਲਾਂ ਹੀ ਅਨਾਊਂਸ ਕਰ ਦਿੱਤਾ ਗਿਆ ਸੀ ਕਿ ਭਾਰਤ ਬੰਦ ਨੂੰ ਲੈ ਕੇ ਦਿੱਕਤਾਂ ਲੋਕਾਂ ਨੂੰ ਹੋ ਸਕਦੀਆਂ ਨੇ। ਬੱਸ ਸਟੈਂਡ ਹੈ ਬਿਲਕੁਲ ਸਨਾਟਾ ਪਸਰਿਆ ਨਜ਼ਰ ਆ ਰਿਹਾ, ਕੁਝ ਹੋਰ ਲੋਕ ਖੜੇ ਨੇ, ਆਪਾਂ ਇਹਨਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਅ ਜੀ ਕਿਵੇਂ ਦੇਖਦੇ ਹੋ ਭਾਰਤ ਬੰਦ ਦੀ ਕਾਲ ਸੀਗੀ, ਤੁਸੀਂ ਕਿੱਥੇ ਜਾਣਾ, ਕਿੱਥੇ ਆਏ ਹੋ? ਅਸੀਂ ਕਸ਼ਮੀਰ ਸੇ ਭਾਈ ਜਾਨ, ਹਮ ਯਹਾਂ ਪੇ ਦੇਸੀ ਚਮਨਪਰਾਸ਼ ਕਾ ਕਾਮ ਕਰਤੇ ਹੈ। ਅੱਛਾ, ਤੋ ਕਾਰਨ ਇਹ ਕਿ ਅਬ ਹਮ ਦੁਕਾਨ ਖੋਲਨੇ ਆਏ ਥੇ ਯਹਾਂ ਪੇ ਅੱਡਾ ਸਾਰਾ ਬੰਦ ਹੈ, ਤੋ ਕਾਰਨ ਹੈ ਕਿਸਾਨ ਭਾਈਓ ਕਾ ਜੋ ਉਨਕਾ ਮਸਲਾ ਥਾ ਵੋ ਯੇ ਚਾਹਤੇ ਹੈ ਕਿ ਹਮਾਰਾ ਜੋ ਕਾਨੂੰਨ ਥਾ ਵੋ ਤੋ ਆਪਸ ਹੋਣਾ ਚਾਹੀਏ, ਮਗਰ ਸਰਕਾਰ ਯੇ ਐਸਾ ਕਰਤਾ ਹੀ ਨਹੀਂ। ਅਬ ਉਨਕੀ ਜੋ ਮਾਂਗ ਹੈ, ਹਮਾਰੀ ਵੀ ਰਿਕੁਐਸਟ ਹੈ, ਜੋ ਕਿਸਾਨ ਹੈ ਹਮ ਉਨਕੇ ਸਾਥ ਹੈ, ਉਨਕੀ ਮਾਂਗੇ ਪੂਰੀ ਹੋਣੀ ਚਾਹੀਏ, ਕਿਉਂਕਿ ਕਿਸਾਨੋ ਕੇ ਉੱਪਰ ਸਾਰੀ ਇੰਡੀਆ ਚਲਤਾ ਹੈ, ਸਾਰਾ ਅਨਾਜ ਨਿਕਲਤਾ ਹੈ ਉਨਕੀ ਵਜ੍ਹਾ ਸੇ। ਦੇਸ਼ ਕੋ ਚਲਾਤੇ ਸਰ, ਪੂਰਾ ਮੁਲਕ ਕਿਸਾਨੋ ਸੇ ਹੀ ਚਲਤੇ ਹੈ। ਆਜ ਇਤਨਾ ਯੇ ਸਨਾਟਾ ਹੈ ਇਧਰ ਅੱਡੇ ਮੇ ਹੈ ਸਰ, ਤੋ ਐਕਚੁਲੀ ਕਿਆ ਹੈ ਕਿ ਅਗਰ ਕਿਸਾਨ ਹੋਤੇ ਤੋ ਇਤਨੀ ਪ੍ਰੋਬਲਮ ਪਰੇਸ਼ਾਨੀ ਨਹੀਂ ਹੋਤੀ, ਕਿਉਂਕਿ ਪੂਰਾ ਮਾਰਕੀਟ ਜੋ ਹੈ ਪੂਰਾ ਜੋ ਖਰੀਦਾਰੀ ਕਰਤੇ ਹੈ ਯੇ ਕਿਸਾਨ ਹੀ ਕਰਤੇ ਹੈ ਸਰ। ਇਸਸੇ ਆਮ ਜਨਤਾ ਵੀ ਪਰੇਸ਼ਾਨ ਹੈ, ਰਿਕਸ਼ੇ ਵਾਲੇ ਵੀ ਪਰੇਸ਼ਾਨ ਹੈ, ਰੇਡੀ ਵਾਲੇ ਵੀ ਪਰੇਸ਼ਾਨ ਹੈ, ਬੜੇ ਸੇ ਬੜੇ ਦੁਕਾਨ ਕਿਆ ਲੈ ਪੂਰੀ ਬੰਦ ਨਜ਼ਰ ਆ ਰਹੀ ਹੈ, ਪਿੱਛੇ ਬਾਜ਼ਾਰ ਸਾਰਾ ਬੰਦ ਹੈ? ਪੂਰਾ ਬੰਦ ਹੈ ਸਰ, ਪੂਰਾ ਬੰਦ ਹੈ, ਕਿਉਂਕਿ ਜੋ ਖਰੀਦਾਰੀ ਕਰਤੇ ਹੈ, ਜੋ ਪੈਸੇ ਖਰਚ ਕਰਨੇ ਵਾਲੇ ਹੋਤੇ, ਜਿਸਸੇ ਦੇਸ਼ ਚਲਤਾ ਹੈ, ਵੋ ਤੋ ਖੁਦ ਜਾ ਕੇ ਬੇਚਾਰੇ ਧਰਨੇ ਮੇਂ ਪੜੇ ਹੈ, ਜਿਨਕੋ 2 ਸਾਲ ਸੇ ਦੋਖੇ ਮੇਂ ਰੱਖੇ ਗਏ, ਯੇ ਹੋ ਗਏ ਯੇ ਰੱਖੇ ਹੈ, ਕਿਉਂਕਿ ਹਮ ਬਿਲ ਕੋ ਵਾਪਸ ਲੈ ਲੇਂਗੇ, ਆਜ ਤੱਕ ਬਿਲ ਕੋ ਵਾਪਸ ਹੀ ਨਹੀਂ ਲਿਆ, ਯੇ ਭੁਲਿਆ ਨਹੀਂ ਸਰ, ਹਮ ਕਸ਼ਮੀਰ ਸੇ ਆਏ ਹੈ, ਹਮ ਵੀ ਯਹਾਂ ਪੇ 4 ਪੈਸੇ ਕਮਾਨੇ ਕੇ ਲਿਏ ਆਤੇ ਹੈ, ਤੋ ਆਜ ਤੱਕ ਇਨ ਕਿਸਾਨੋ ਕੇ ਸਾਥ ਯੇ ਨਾ ਧੋਖਾ ਹੀ ਹੋ ਰਹਾ ਹੈ ਸਰ। ਭਾਅ ਜੀ ਕਿਵੇਂ ਦੇਖਦੇ ਹੋ ਭਾਰਤ ਬੰਦ ਦੀ ਕਾਲ ਅੱਜ ਸੀਗੀ, ਦਿੱਕਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਹੋ ਰਹੀਆਂ, ਜਿਹਨਾਂ ਨੂੰ ਨਹੀਂ ਪਤਾ ਸੀ ਉਹ ਬੱਸ ਸਟੈਂਡ ਆ ਗਿਆ, ਬੱਸਾਂ ਨਹੀਂ ਮਿਲ ਰਹੀਆਂ? ਹਾਂਜੀ, ਦਿੱਕਤਾਂ ਤਾਂ ਹੋ ਹੀ ਰਹੀਆਂ ਜੀ, ਤਾਂ ਹੁਣ ਕੀਤਾ ਵੀ ਕੀ ਜਾਵੇ ਜੀ, ਤਾਂ ਹੁਣ ਤਾਂ ਰੋਡਵੇਜ਼ ਨੇ ਸ਼ਾਇਦ ਬੰਦ ਕੀਤਾ ਸੀ, ਠੀਕ ਹੈ, ਫਿਰ ਰੋਡਵੇਜ਼ ਦੀ ਕਰਕੇ ਪ੍ਰਾਈਵੇਟ 'ਤੇ ਵੀ ਅਸਰ ਪਿਆ ਸੀ, ਵੀ ਫਿਰ ਬੰਦ ਕੀਤਾ ਭਾਰਤ ਬੰਦ ਦਾ ਹੀ। ਫਿਰ ਦੇਖੋ ਹੁਣ ਸਰਕਾਰ ਦੀ ਗਲਤੀ ਹੈ ਇਹ, ਜੇ ਮੰਨ ਲੈਣ ਸਰਕਾਰ ਮੰਗਾਂ ਮੰਨ ਲਏ ਕਿਸਾਨਾਂ ਦੀਆਂ, ਉਹਨੂੰ ਪਰੇਸ਼ਾਨ ਕੀਤਾ। ਬਿਲਕੁਲ ਹੈ, ਜ਼ਾਹਿਰ ਤੌਰ 'ਤੇ ਲੋਕ ਨੇ ਸਮਰਥਨ ਕਰਦੇ ਨਜ਼ਰ ਆ ਰਹੇ ਨੇ, ਬੇਸ਼ੱਕ ਦਿੱਕਤਾਂ ਜ਼ਰੂਰ ਲੋਕਾਂ ਨੂੰ ਹੋ ਰਹੀਆਂ ਨੇ। ਕੁਝ ਹੋਰ ਲੋਕ ਨੇ, ਆਪਾਂ ਗੱਲਬਾਤ ਕਰਦੇ ਹਾਂ, ਦਿੱਕਤ ਕਿੰਨੀ ਆ ਰਹੀ ਹੈ ਬੱਸ ਸਟੈਂਡ ਦੇ ਵਿੱਚ ਖੜ੍ਹੇ ਹੋ, ਬੱਸਾਂ ਬੁੱਸਾਂ ਮਿਲ ਰਹੀਆਂ ਨਹੀਂ ਮਿਲ ਰਹੀਆਂ, ਕੀ ਹੋ ਰਿਹਾ? ਦਿੱਕਤ ਦੀ ਕੋਈ ਖਾਸ ਗੱਲ ਨਹੀਂ ਹੈ,
ਪਰ ਐਂ ਹੈ ਵੀ ਕਿਸਾਨਾਂ ਦਾ ਸਾਥ ਸਮਰਥਨ ਮਿਲ ਰਿਹਾ ਉਹਨੂੰ, ਸਪੋਰਟ ਕਰ ਰਹੇ ਵੀ ਅਸੀਂ ਉਹਨੂੰ ਸਪੋਰਟ ਹਾਂ ਕਿਸਾਨਾਂ ਦੇ ਨਾਲ, ਅਸੀਂ ਸਪੋਰਟ ਕਰ ਰਹੇ ਹਾਂ ਉਹਨੂੰ। ਲੱਗਦਾ ਵੀ ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ, ਪੂਰੀਆਂ ਹੋਣੀਆਂ ਚਾਹੀਦੀਆਂ ਨੇ ਵੀ ਅਸੀਂ ਵੀ ਰਿਕਸ਼ਾ ਚਲਾਉਣ ਲਈ ਅਸੀਂ ਸਾਥ ਦੇ ਰਹੇ ਹਾਂ ਵੀ ਸਾਡੇ ਵੀ ਰਿਕਸ਼ੇ ਘਰੇ ਖੜੇ ਆ, ਅਸੀਂ ਵੈਸਟਰਨ 'ਤੇ ਕੰਮ ਕਰਦੇ ਹਾਂ ਵੀ ਅਸੀਂ ਕਹਿੰਦੇ ਵੀ ਸਾਡੇ ਉਹਨਾਂ ਕਿਸਾਨਾਂ ਦਾ ਹੱਲ ਹੋਵੇ ਤਾਂ ਸਹੀ ਹੈ। ਬਿਲਕੁਲ, ਜ਼ਾਹਿਰ ਤੌਰ 'ਤੇ ਕੀ ਰਿਕਸ਼ਾ ਪੂਲਰ, ਕੀ ਆਮ ਲੋਕ, ਕੀ ਕਸ਼ਮੀਰ ਦੇ ਰਹਿਣ ਵਾਲੇ ਨੌਜਵਾਨ ਸੀ ਜਿਹੜੇ ਕਹਿ ਰਹੇ ਆ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਬੇਸ਼ੱਕ ਦਿੱਕਤਾਂ ਜ਼ਰੂਰ ਹੋ ਰਹੀਆਂ ਨੇ, ਬਠਿੰਡਾ ਦੇ ਬੱਸ ਸਟੈਂਡ ਦੇ ਵਿੱਚ ਹਾਂ, ਸਨਾਟਾ ਫਸਰਿਆ ਹੋਇਆ ਬੱਸ ਸਟੈਂਡ ਦੇ ਵਿੱਚ, ਔਰ ਸਵਾਰੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹ ਕਿਤੇ ਨਾ ਕਿਤੇ ਖੱਜਲ ਖੁਆਰ ਹੁੰਦੀਆਂ ਜ਼ਰੂਰ ਨਜ਼ਰ ਆ ਰਹੀਆਂ ਨੇ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।